ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਵੇਂ ਬਾਲਾ ਪ੍ਰੀਤਮ ਜੀ ਦੀ ਵਡਿਆਈ ਕਰਦੇ ਨੇ, ਦੋ ਕੁ ਮਿੰਟ ਹਾਜ਼ਰੀ ਲਾਈਏ, ਫਿਰ ਨਾਲ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪਣੇ ਭਲੇ ਵਾਸਤੇ, ਆਪਣੇ ਬੱਚਿਆਂ ਦੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ, ਆਓ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਣ ਗਾਈਏ ਪਿਆਰ ਦੇ ਵਿੱਚ। ਸ੍ਰੀ ਹਰਕ੍ਰਿਸ਼ਨ ਧਿਆਈਐ, 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 ਜਿੱਥੇ ਸਭ ਦੁੱਖ ਜਾਏ, ਜਿਸ ਡਿੱਠੇ 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 ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਧਿਆਈਐ, ਸ੍ਰੀ ਹਰਕ੍ਰਿਸ਼ਨ ਧਿਆਈਐ, ਸ੍ਰੀ ਹਰਕ੍ਰਿਸ਼ਨ ਧਿਆਈਐ, ਸ੍ਰੀ ਹਰਕ੍ਰਿਸ਼ਨ ਧਿਆਈਐ, ਬਾਜਾਂ ਵਾਲੇ ਪ੍ਰੀਤਮ ਜੀ ਕਹਿੰਦੇ ਸ੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਸਤਸੰਗੀਓ, ਸਵਾ ਕੁ ਪੰਜ ਸਾਲ ਦੀ ਦੁਨਿਆਵੀ ਉਮਰ ਹੈ ਬਾਲਾ ਪ੍ਰੀਤਮ ਜੀ ਦੀ। ਜਿਸ ਵੇਲੇ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ, ਉਹਦਾ ਜੋਤ ਦੀ ਕੋਈ ਉਮਰ ਨਹੀਂ ਹੁੰਦੀ, ਤੂੰ ਸਤਿਗੁਰੂ ਚੋਂ ਜੁਗੀ। ਦੁਨਿਆਵੀ ਉਮਰ ਦੀ ਦਾਸ ਨੇ ਗੱਲ ਕੀਤੀ ਹੈ। ਜਦੋਂ ਗੁਰੂ ਨਾਨਕ ਜੀ ਦੇ ਸਿੰਘਾਸਨ 'ਤੇ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬੈਠੇ ਨਾ ਸਤਸੰਗੀਓ, ਸਿੱਖ ਸੰਗਤਾਂ ਨੇ ਸਤਿਗੁਰ ਦੇ ਪਿਆਰ ਦੇ ਵਿੱਚ, ਸਤਿਗੁਰ ਦੇ ਸਤਿਕਾਰ ਦੇ ਵਿੱਚ ਇੱਕ ਬੜੀ ਸੁੰਦਰ ਪਾਲਕੀ ਬਣਾਈ। ਹੁਣ ਨਾਲ ਨਾਲ ਦੀਦਾਰੇ ਕਰਿਓ, ਉਹ ਪਾਲਕੀ ਬਣ ਕੇ ਜਦੋਂ ਤਿਆਰ ਹੋਈ ਨਾ, ਕੁਝ ਸੰਗਤਾਂ, ਕੁਝ ਗੁਰਸਿੱਖ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਬਾਲਾ ਪ੍ਰੀਤਮ ਜੀ ਦੀ, ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਹੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੁਹਾਡੀ ਕਿਰਪਾ ਦੇ ਨਾਲ ਸੰਗਤਾਂ ਵੱਲੋਂ ਨਵੀਂ ਪਾਲਕੀ ਸਾਹਿਬ ਬਣ ਕੇ ਤਿਆਰ ਹੋ ਗਈ ਆ, ਕਿਰਪਾ ਕਰੋ ਆਪ ਜੀ ਪਾਲਕੀ 'ਚ ਬਿਰਾਜਮਾਨ ਹੋ, ਅਸੀਂ ਸਾਰੇ ਸ਼ਹਿਰ ਦਾ ਚੱਕਰ ਲਾਵਾਂਗੇ ਤਾਂ ਕਿ ਸਾਰੇ ਸ਼ਹਿਰ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਸਕਣ। ਜਦੋਂ ਸੰਗਤਾਂ ਨੇ ਬੇਨਤੀ ਕੀਤੀ ਅਤੇ ਸਤਿਗੁਰ ਨੇ ਸੰਗਤਾਂ ਦੀ ਬੇਨਤੀ ਮੰਨ ਲਈ, ਹੁਣ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਲਕੀ 'ਚ ਬੈਠੇ ਨੇ ਬਿਰਾਜਮਾਨ ਨੇ, ਦਰਸ਼ਨ ਕਰਿਓ। ਚਾਰ ਗੁਰਸਿੱਖਾਂ ਨੇ ਪਾਲਕੀ ਨੂੰ ਮੋਢਾ ਦਿੱਤਾ ਜੀ, ਪਿੱਛੇ ਪਿੱਛੇ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਕਰ ਰਹੀਆਂ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧੰਨ ਕਹਿ ਰਹੀਆਂ ਨੇ।
ਬੜੇ ਪਿਆਰ ਦੇ ਨਾਲ ਸੰਗਤਾਂ ਇਹ ਪੜ੍ਹਦੀਆਂ ਪਈਆਂ ਨੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਬੋਲੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਪਿਆਰ ਦੇ ਨਾਲ ਸੰਗਤਾਂ ਪੜ੍ਹਦੀਆਂ ਪਈਆਂ। ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਜਦੋਂ ਮਾਲਕ ਜੀ ਦਾ ਨਾਮ ਲੈਣਾ ਕਦੀ ਕੰਜੂਸੀ ਨਾ ਕਰਿਆ ਕਰੋ, ਇਹਦਾ ਬੜਾ ਵੱਡਾ ਲਾਭ। ਜੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਹੇ ਗਰੀਬ ਨਿਵਾਸ ਸਤਿਗੁਰੂ ਜੀ, ਬਾਲਾ ਪ੍ਰੀਤਮ ਨੂੰ ਧੰਨ ਆਖੀਏ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਆਖੀਏ, ਤੇ ਇਹਦਾ ਲਾਭ ਕੀ ਹੈ? ਤੇ ਸਤਿਗੁਰੂ ਫਿਰ ਤੁਹਾਨੂੰ ਸਮਝਾਉਣਗੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਵਾਜ਼ ਆਏਗੀ, ਤਾਰਿਆ ਜਹਾਨ ਲਹਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਹੇ ਬਾਲਾ ਪ੍ਰੀਤਮ ਜੀ, ਜਿਹਨੇ ਤੈਨੂੰ ਇੱਕ ਵਾਰ ਧੰਨ ਕਹਿਤਾ, ਜਿੰਨੀ ਤੁਦਨੋਂ ਧੰਨ ਕਿਹਾ ਹੇ ਬਾਲਾ ਪ੍ਰੀਤਮ ਜੀ, ਜਿਹਨੇ ਤੈਨੂੰ ਅੰਦਰੋਂ ਪਿਆਰ ਨਾਲ ਇੱਕ ਵਾਰ ਧੰਨ ਕਹਿਤਾ, ਜਮਾਂ ਦੀ ਕੀ ਮਜਾਲ ਹੈ ਉਹਦੇ ਕੋਲ ਆ ਜਾਣ। ਜਿੰਨੀ ਤੁਦਨੋਂ ਧੰਨ ਕਿਹਾ ਤਿੰਨ ਜਮ ਨੇੜਨਾ ਆਇਆ। ਹੁਣ ਸੰਗਤਾਂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਕਹਿ ਰਹੀਆਂ ਨੇ। ਹੁਣ ਪਾਲਕੀ ਜਾ ਰਹੀ, ਸਤਿਗੁਰ ਸ਼ਹਿਰ ਚ ਪਹੁੰਚੇ ਤੇ ਸਤਿਗੁਰ ਦੇ ਕੰਨਾਂ 'ਚ ਨਾ ਹਾਏ ਹਾਏ ਦੀ ਆਵਾਜ਼ ਪਈ। ਹਾਏ ਬੜੀ ਦਰਦ ਹੁੰਦੀ ਹੈ, ਹਾਏ ਬੜੀ ਦਰਦ ਹੁੰਦੀ ਹੈ। ਸਤਿਗੁਰ ਨੇ ਜਿਹੜੇ ਸਿੱਖਾਂ ਨੇ ਮੋਢਾ ਦਿੱਤਾ ਸੀ ਪਾਲਕੀ ਨੂੰ, ਉਹਨਾਂ ਨੂੰ ਇਸ਼ਾਰਾ ਦਿੱਤਾ, ਪਾਲਕੀ ਥੱਲੇ ਜ਼ਮੀਨ 'ਤੇ ਰੱਖੋ। ਹੁਣ ਉਹ ਗੁਰਸਿੱਖਾਂ ਨੇ ਪਾਲਕੀ ਨੂੰ ਜ਼ਮੀਨ 'ਤੇ ਰੱਖਿਆ। ਸਤਿਗੁਰ ਦੀ ਪਾਲਕੀ 'ਚੋਂ ਬਾਹਰ ਆਏ, ਕੀ ਵੇਖਦੇ ਨੇ? ਸਾਹਮਣੇ ਇੱਕ ਸਰੀਰ ਜ਼ਮੀਨ 'ਤੇ ਬੈਠਾ ਹੋਇਆ ਹੈ, ਸਰੀਰ 'ਤੇ ਕੋੜ ਹੋਇਆ ਹੈ, ਮੱਖੀਆਂ ਭਿੰਨ ਭਿੰਨ ਪਈਆਂ ਕਰਦੀਆਂ ਨੇ, ਉਹ ਹਾਏ ਹਾਏ ਪਿਆ ਕਰਦਾ ਹੈ। ਤੇ ਜਿਸ ਵੇਲੇ ਉਹਨੇ ਬਾਲਾ ਪ੍ਰੀਤਮ ਦੇ ਦਰਸ਼ਨ ਕੀਤੇ ਨਾ, ਦੋਵੇਂ ਹੱਥ ਜੋੜ ਲਏ, ਆਖਿਆ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੁਸੀਂ ਗੁਰੂ ਨਾਨਕ ਜੀ ਦੀ ਜੋਤ ਹੋ, ਮੇਰੇ 'ਤੇ ਵੀ ਕਿਰਪਾ ਕਰੋ, ਮੇਰੇ 'ਤੇ ਵੀ ਤਰਸ ਕਰੋ। ਹੇ ਗਰੀਬ ਨਿਵਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਮੈਂ ਸੁਣਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੀਪਾਲਪੁਰ ਦੇ ਕੋੜੀ ਦਾ ਕੋੜ ਦੂਰ ਕੀਤਾ, ਆਪ ਜਾ ਕੇ ਉਹਦੇ ਘਰ ਦਾ ਬੂਹਾ ਖੜਕਾਇਆ ਸੀ। ਸਤਿਗੁਰੂ ਮੈਂ ਇਹ ਵੀ ਸੁਣਿਆ, ਜਦੋਂ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਪ੍ਰੇਮਾ ਕੋੜੀ ਆਇਆ ਸੀ, ਸਤਿਗੁਰੂ ਨੇ ਉਹਦਾ ਕੋੜ ਵੀ ਦੂਰ ਕੀਤਾ ਸੀ, ਮੱਥੋ ਨਾਮ ਦੀ ਲੜਕੀ ਨਾਲ ਉਹਦਾ ਵਿਆਹ ਵੀ ਕੀਤਾ ਸੀ। ਸਮਾਂ ਆਉਣ 'ਤੇ ਉਹਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਮੰਜੀ ਦੇ ਕੇ ਉਹਨੂੰ ਸਿੱਖੀ ਦਾ ਪ੍ਰਚਾਰਕ ਵੀ ਬਣਾਇਆ ਸੀ। ਸਤਿਗੁਰੂ ਕਿਰਪਾ ਕਰੋ, ਤੁਸੀਂ ਉਹ ਜੋਤ ਉਹ ਵੇੜ ਕਰੋ, ਸਤਿਗੁਰ ਦੀ ਮੇਰਾ ਕੋੜ ਦੂਰ ਕਰੋ। ਉਸ ਵੇਲੇ ਬਾਲਾ ਪ੍ਰੀਤਮ ਜੀ ਨੇ ਆਪਣੀ ਜੇਬ 'ਚੋਂ ਇੱਕ ਰੁਮਾਲ ਕੱਢਿਆ, ਆਖਿਆ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਇਹ ਰੁਮਾਲ ਆਪਣੇ ਸਰੀਰ 'ਤੇ ਫੇਰ। ਜਦੋਂ ਗੁਰੂ ਨਾਨਕ ਜੀ ਦੇ ਪਿਆਰ 'ਚ ਉਹ ਕੋੜੀ ਨੇ ਆਪਣੇ ਸਰੀਰ 'ਤੇ ਰੁਮਾਲ ਫੇਰਿਆ, ਤਾਂ ਉਹਦਾ ਸਰੀਰ ਕੰਚਨ ਵਰਗਾ ਹੋ ਗਿਆ। ਹੁਣ ਸਤਿਗੁਰੂ ਅਗਾਂਹ ਚੱਲੇ, ਉਹ ਕੋੜੀ ਨੇ ਦੋਵੇਂ ਹੱਥ ਜੋੜ ਲਏ, ਸਤਿਗੁਰੂ ਦੇ ਅੱਗਲ ਵੰਡੀ ਖਲੋ ਗਿਆ, ਹੇ ਗਰੀਬ ਨਿਵਾਸ ਸਤਿਗੁਰੂ ਜੀ, ਆਪ ਜੀ ਨੇ ਬੜੀ ਕਿਰਪਾ ਕੀਤੀ, ਬੜਾ ਤਰਸ ਕੀਤਾ ਗਰੀਬ ਨਿਵਾਸ ਜੀ, ਮੇਰੇ ਗਰੀਬ ਦਾ ਮੇਰੇ ਪਾਪੀ ਦਾ ਤੁਸੀਂ ਕੋੜ ਦੂਰ ਕੀਤਾ, ਹੇ ਗਰੀਬ ਨਿਵਾਸ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ। ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੁਸਕਰਾ ਪਏ, ਕਹਿੰਦੇ ਭਾਈ ਤੂੰ ਕਹਿੰਦਾ ਸਾ ਕੋੜ ਦੂਰ ਹੋ ਜਾਵੇ, ਮੇਰਾ ਦੁੱਖ ਦੂਰ ਹੋ ਜਾਵੇ, ਕੋੜ ਤਾਂ ਤੇਰਾ ਦੂਰ ਹੋ ਗਿਆ, ਹੁਣ ਕੀ ਚਾਹੁੰਦਾ? ਸਤਿਗੁਰੂ ਦੀ ਕਿਰਪਾ ਕਰੋ, ਵੱਡਾ ਘਰ ਹੈ, ਵੱਡੀ ਬਖਸ਼ਿਸ਼ ਕਰ ਦਿਓ। ਸਤਿਗੁਰੂ ਕਹਿੰਦੇ ਖੁੱਲ੍ਹ ਕੇ ਆ ਕਹਿਣਾ ਕੀ ਚਾਹੁੰਦਾ? ਸਤਿਗੁਰੂ ਵੱਡੀ ਬਖਸ਼ਿਸ਼ ਇਹ ਕਰੋ, ਜਿੱਥੇ ਮੇਰੇ ਤਨ ਦਾ ਕੋੜ ਦੂਰ ਕੀਤਾ ਜੇ ਗਰੀਬ ਨਿਵਾਜ, ਉੱਥੇ ਮੇਰੇ ਮਨ ਦਾ ਕੋੜ ਵੀ ਦੂਰ ਕਰ ਦਿਓ। ਬੋਲੇ
ਮੁਸਕੁਰਾ ਪਏ, ਕਹਿੰਦੇ ਉਹ ਭਲਿਆ ਜੇ ਚਾਹੁੰਦਾ ਮਨ ਦਾ ਕੋੜ ਵੀ ਦੂਰ ਹੋ ਜਾਵੇ ਫਿਰ ਨਾਮ ਜਪਿਆ ਕਰ, ਸੰਗਤਾਂ ਦੇ ਵਿੱਚ ਆਇਆ ਕਰ, ਸੰਗਤਾਂ 'ਚ ਬੈਠ ਕੇ ਸੰਗਤਾਂ ਨਾਲ ਰਲ ਕੇ ਨਾਮ ਜਪਿਆ ਕਰ, ਸ਼ਬਦ ਦੀ ਕਮਾਈ ਕਰਿਆ ਕਰ। ਜਿਉਂ ਜਿਉਂ ਨਾਮ ਜਪੇਗਾ, ਸੰਗਤਾਂ ਦੇ ਨਾਲ ਮਿਲ ਕੇ ਨਾਮ ਜਪੇਗਾ, ਸ਼ਬਦ ਦੀ ਕਮਾਈ ਕਰੇਗਾ ਨਾ, ਜਾਂ ਤੇਰੇ ਨਾਲ ਬਚਨ ਕਰਦੇ ਹਾਂ, ਤੇਰਾ ਮਨ ਦਾ ਕੋੜ ਵੀ ਦੂਰ ਹੋ ਜਾਵੇਗਾ। ਭਾਗਾਂ ਵਾਲਿਓ, ਸਤਿਗੁਰੂ ਅਗਾਂਹ ਚਲੇ ਗਏ। ਹੁਣ ਇਹ ਕੋੜੀ ਜੋ ਬਿਲਕੁਲ ਤੰਦਰੁਸਤ ਹੋ ਚੁੱਕਿਆ ਹੈ, ਸੰਗਤ ਕਰਦਾ ਹੈ, ਸੰਗਤਾਂ 'ਚ ਬੈਠ ਕੇ ਜਿਉਂ ਜਿਉਂ ਨਾਮ ਜਪਦਾ ਹੈ, ਇਹਦਾ ਮਨ ਦਾ ਕੋੜ ਵੀ ਦੂਰ ਹੁੰਦਾ ਜਾਂਦਾ ਹੈ। ਹੁਣ ਮਨ ਦਾ ਕੋੜ ਹੁੰਦਾ ਕੀ ਹੈ? ਈਰਖਾ, ਦਵੈਸ਼, ਲੋਭ ਕਰਨਾ, ਹੰਕਾਰ ਆ ਜਾਣਾ, ਚੁਗਲੀ, ਨਿੰਦਿਆ, ਇਹ ਮਨ ਦੇ ਕੋੜ ਨੇ। ਸਤਸੰਗੀਓ, ਆਓ 2 ਮਿੰਟ ਅਸੀਂ ਵੀ ਹਾਜ਼ਰੀ ਲਗਾਈਏ। ਇਹ ਬਾਲਾ ਪ੍ਰੀਤਮ ਜੀ, ਜਿਵੇਂ ਤੁਸੀਂ ਉਹ ਕੋੜੀ ਦਾ ਤਨ ਦਾ ਕੋੜ ਵੀ ਦੂਰ ਕੀਤਾ, ਮਨ ਦਾ ਕੋੜ ਵੀ ਦੂਰ ਕੀਤਾ, ਹੇ ਗਰੀਬ ਨਵਾਜ, ਅਸੀਂ ਵੀ ਮਨ ਦੇ ਕੋੜੀ ਹਾਂ। ਸਾਡੇ ਅੰਦਰੋਂ ਈਰਖਾ ਨਹੀਂ ਜਾਂਦੀ, ਸਾਡੇ ਅੰਦਰੋਂ ਲੋਭ ਨਹੀਂ ਜਾਂਦਾ, ਸਾਡੇ ਅੰਦਰੋਂ ਹੰਕਾਰ ਨਹੀਂ ਜਾਂਦਾ, ਸਾਡੀ ਇਹ ਚੁਗਲੀ ਦੀ ਆਦਤ, ਨਿੰਦਿਆ ਦੀ ਆਦਤ ਨਹੀਂ ਜਾਂਦੀ। ਹੇ ਗਰੀਬ ਨਵਾਜ, ਬਾਲਾ ਪ੍ਰੀਤਮ ਜੀ, ਵੱਡਾ ਦਿਹਾੜਾ ਆ ਰਿਹਾ ਹੈ, ਵੱਡੀਆਂ ਬਖਸ਼ਿਸ਼ਾਂ ਕਰੋ। ਹੇ ਗਰੀਬ ਨਵਾਜ, ਕਿਰਪਾ ਕਰੋ, ਸਾਡੇ ਵੀ ਮਨ ਦਾ ਕੋੜ ਦੂਰ ਕਰੋ। ਆਓ ਆਪਣੇ ਲਈ ਵੀ ਅਰਦਾਸ ਕਰਿਓ, ਆਪਣੇ ਪਰਿਵਾਰ ਲਈ ਵੀ ਅਰਦਾਸ ਕਰਿਓ। 1-2 ਮਿੰਟ ਇਹ ਹਾਜ਼ਰੀ ਲਗਾਈਏ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ ਸਤਿਗੁਰ ਨੇ ਇਹ ਕੁੜੀ ਦਾ ਤਨ ਦਾ ਕੋੜ ਵੀ ਦੂਰ ਕੀਤਾ ਤੇ ਇਹਨੂੰ ਉਪਦੇਸ਼ ਦਿੱਤਾ ਕਿ ਨਾਮ ਜਪਿਆ ਕਰ, ਸ਼ਬਦ ਦੀ ਕਮਾਈ ਕਰਿਆ ਕਰ, ਜਿਉਂ ਜਿਉਂ ਨਾਮ ਜਪੇਗਾ ਤੇਰਾ ਮਨ ਦਾ ਕੋੜ ਵੀ ਦੂਰ ਹੋ ਜਾਵੇਗਾ।